ਜਦੋਂ ਦਾ ਥੋੜਾ ਜਿਹਾ ਰੌਲਾ ਜਿਹਾ ਚੱਲਿਆ ਨਾ, ਥੋੜੀ ਰਿਸਰਚ ਕੀਤੀ ਆ ਯੂਟਿਊਬ ਤੋਂ, ਆਪਣਾ ਗੂਗਲ ਤੋਂ, ਹੋਰ ਹੈ ਨਾ ਜਿੱਥੋਂ ਜਿੱਥੋਂ ਸੋਸ਼ਲ ਮੀਡੀਆ ਤੋਂ ਆਪਾਂ ਨੂੰ ਪਤਾ ਲੱਗਿਆ ਗੱਲਾਂ, ਤੇ ਉਹਦੇ ਉੱਤੇ ਤੁਹਾਨੂੰ ਵੀ ਥੋੜਾ ਚਾਨਣਾ ਪਾਵਾਂਗੇ, ਤੁਸੀਂ ਵੀ ਕਹੋਗੇ ਅੱਛਾ ਇਹ ਵੀ ਹੋ ਗਿਆ ਸੀ। ਥੋੜਾ ਜਾ ਮਸਾਲਾ, ਥੋੜਾ ਨੀ ਬਹੁਤ ਮਸਾਲਾ ਸੀ, ਤੇ ਇਹ ਉਹ ਟਾਈਮ ਦਾ ਗਾਣਾ ਵਾ ਜਦੋਂ ਮਾਲਟਨ ਬਰਡ ਤੇ ਕਿੰਗ ਆਫ ਦ ਰੈਪ ਤਾਂ ਬੋਹੇਮੀਆ ਭਾਜੀ, ਸਹੀ ਆ। ਅੱਜ ਵੀ ਹਰ ਇੱਕ ਰੈਪ ਨਵਾਂ ਹੀ ਲੱਗਦਾ, ਤੇ ਹੁਣ ਵੀ ਨਵੇਂ ਗਾਣੇ ਆਏ ਨੇ, ਗੁਰੂ ਰੰਧਾਵੇ ਨਾਲ ਆਇਆ, ਨੀਰੂ ਬਾਜਵਾ ਨਾਲ ਆਇਆ ਵਾ, ਰੈਪ ਕੀਤਾ ਉਹ 'ਚ, ਕਿ ਗਾਣੇ ਦਾ ਨਾਂ ਪਤਾ ਨਹੀਂ, ਪੰਜਾਬ ਦੀ ਮੁਟਿਆਰ ਕੁਛ ਇੱਦਾਂ ਕਰਕੇ ਪੰਜਾਬ ਦੀ, ਹੈ ਨਾ, ਤੇ ਉਹ ਗਾਣਾ ਵੀ ਕਰਾਂਗੇ ਆਪਾਂ, ਬਹੁਤ ਸੋਹਣਾ ਗਾਣਾ ਉਹ 'ਚ, ਰੈਪ ਬਹੁਤ ਖਤਰਨਾਕ ਕੀਤਾ ਵਾ, ਇਹ 'ਚ ਦੇਖਦੇ ਹਾਂ। ਇਹ ਗਾਣਾ ਤਾਂ ਤੁਸੀਂ ਸੁਣਿਆ ਹੀ ਹੋਇਆ, ਪਰ ਆਪਾਂ ਇੱਕ ਦੁਬਾਰਾ ਹੈ ਨਾ ਲੈ ਕੇ ਆਉਣਾ, ਅਸੀਂ ਰਿਐਕਸ਼ਨ ਕਰਨਾ ਕਿ ਕੀ ਆ ਉਹ ਚੀਜ਼, ਹੈ ਨਾ, ਦਿੱਤਾ ਕੀ ਰਿਪਲਾਈ ਜਿਹੜੇ ਤੁਹਾਨੂੰ ਨਹੀਂ ਲੱਭੇ, ਅਸੀਂ ਰਿਐਕਸ਼ਨ ਦੇਣ ਲੱਗਿਆ ਤਾਂ ਗਾਣਾ ਤਾਂ ਤਕਰੀਬਨ ਸਾਰਿਆਂ ਨੇ ਸੁਣਿਆ ਹੀ ਹੋਇਆ ਵਾ, ਹਨਾ, ਤਾਂ ਇਹਤੇ ਰਿਐਕਸ਼ਨ ਆਪਾਂ ਤਾਂ ਦੇਣ ਲੱਗੇ ਹਾਂ। ਇਹਦੇ 'ਚ ਨਾ ਕੋਈ ਰਿਸਰਚ ਕੀਤੀ ਆ ਗਾਣੇ 'ਤੇ, ਜਦੋਂ ਦਾ ਥੋੜ੍ਹਾ ਜਿਹਾ ਰੌਲਾ ਜਿਹਾ ਚੱਲਿਆ ਨਾ, ਥੋੜ੍ਹੀ ਰਿਸਰਚ ਕੀਤੀ ਆ ਯੂਟਿਊਬ ਤੋਂ, ਆਪਣਾ ਗੂਗਲ ਤੋਂ, ਹੋਰ ਹੈ ਨਾ ਜਿੱਥੋਂ ਜਿੱਥੋਂ ਸੋਸ਼ਲ ਮੀਡੀਆ ਤੋਂ ਆਪਾਂ ਨੂੰ ਪਤਾ ਲੱਗੀਆਂ ਗੱਲਾਂ, ਅਤੇ ਉਹਦੇ ਉੱਤੇ ਤੁਹਾਨੂੰ ਵੀ ਥੋੜ੍ਹਾ ਚਾਨਣਾ ਪਾਵਾਂਗੇ, ਤੁਸੀਂ ਵੀ ਕਹੋਗੇ ਅੱਛਾ ਇਹ ਵੀ ਹੋ ਗਿਆ ਸੀ, ਇਹ ਚੀਜ਼ ਸੀ, ਇਹ ਚੀਜ਼ ਵੀ ਸੀ, ਹੈਗੀਆਂ ਨੇ, ਤਾਂ ਹੀ ਅੱਜ ਦਿਖਾਉਣ ਆਇਆ, ਵੱਧਦੇ ਆ ਵੀਡੀਓ ਵੱਲ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਯਾਰ, ਜਿਹੜੇ ਜਿਹੜੇ ਵੀਰ ਆਪਣਾ ਚੈਨਲ 'ਤੇ ਵੀਡੀਓਜ਼ ਦੇਖਦੇ ਆ ਜਾਂ ਕੁਛ ਦੇਖਦੇ ਆ, ਤੁਹਾਡੇ ਪਿਆਰ ਦੀ ਲੋੜ ਆ, ਠੀਕ ਆ, ਬਿਲਕੁਲ ਜੀ, ਅਤੇ ਵੱਧਦੇ ਆ ਵੀਡੀਓ ਵੱਲ, ਸਟੇ ਟਿਊਨ। ਪਿੱਛੇ ਹੂਟਰ ਦਿਮਾਗ ਕੰਪਿਊਟਰ ਜੱਟ ਵੈਰੀ ਵਾਲੀ ਸ਼ੂਟਰ ਤੇ ਅਲੜ ਵਾਲੀ ਥੀ ਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਹੁਣ ਆ ਦੇਖ ਆ ਵੀਡੀਓ ਦਾ ਸੀਨ ਆ ਇੱਥੇ ਕੀ ਸਮਝ ਸਭ ਕੁਝ ਹੁੰਦੇ ਸੁਣਦੇ ਰੇਂਜ ਵੀ ਆ ਪੀਕ ਤੇ ਨਾਮ ਆ ਸਟੋਰ ਵਾਲਾ ਵੀ ਦੇਖ ਕੇ ਬੰਦੇ ਨੂੰ ਆ ਕੇ ਯਾਰ ਇੱਕ ਸੈਲੀਬ੍ਰਿਟੀ ਆ ਬਹੁਤ ਤਕੜੇ ਲੈਵਲ ਦਾ ਹੈ ਨਾ ਸਹੀ ਆ ਅਤੇ ਕਦੇ ਕਦੇ ਬੰਦੇ ਦੀ ਜੇਬ 'ਚ ਸਭ ਕੁਛ ਹੁੰਦਾ ਵੀ ਆ ਬਿਲਕੁਲ ਹਰ ਇੱਕ ਚੀਜ਼ ਹੁੰਦੀ ਆ ਪੈਸਾ ਕਰੋੜਾਂ ਦਾ ਠੀਕ ਆ ਗੋਲਡ ਸਭ ਐਵਰੀਥਿੰਗ ਜੋ ਵੀ ਸਭ ਕੁਛ ਠੀਕ ਅਤੇ ਕਦੇ ਦੇਖ ਲਾ ਹੁਣ ਡਾਊਨ ਟੂ ਅਰਥ ਜਮਾਂ ਕਿ ਹੈ ਹੀ ਨਹੀਂ ਯਾਰ ਇੰਨੇ ਕਾ ਚੱਲ ਕੋਈ ਚੱਕਰ ਨਹੀਂ ਜ਼ਰੂਰੀ ਨਹੀਂ ਕਿ ਮੈਂ ਸਿੰਗਰ ਹਾਂ ਜਾਂ ਮੈਂ ਸੈਲੀਬ੍ਰਿਟੀ ਹਾਂ ਤਾਂ ਮੈਂ ਜਿਹੜੀ ਆ $500 ਦੀ ਬੋਤਲ ਦਿਖੀ ਆ ਮੈਂ ਇਹੀ ਪੀਣੀ ਆ ਬਿਲਕੁਲ ਉਹ ਨਹੀਂ ਹੈਗਾ ਹੁਣ ਆਹ ਦੇਖ ਕਿੰਨੇ ਡਾਲਰ ਦੀ ਬੋਤਲ 60-70 ਦੀ ਠੀਕ ਆ ਛੋਟੀ ਕੋਈ ਚੱਕਰ ਨਹੀਂ ਡਾਊਨ ਟੂ ਅਰਥ ਇਹ ਵੀ ਪੀ ਲਾਂਗੇ ਸਾਨੂੰ ਇਹ ਵੀ ਉਹੀ ਕੰਮ ਕਰੂਗੀ ਬਿਲਕੁਲ ਉਹ ਚੀਜ਼ ਮੈਂ ਕਈ ਹੁਣ ਅੱਜ ਕੱਲ੍ਹ ਨਾਮ ਥੋੜ੍ਹਾ ਜਿਹਾ ਬਣਿਆ ਨਹੀਂ ਅਤੇ ਗੱਲਾਂ ਹਾਂ ਸਮਝ ਸਕਦੇ ਤੁਸੀਂ ਉਹ ਚੀਜ਼ ਆ ਵੀ ਇਹ ਨਹੀਂ ਮੈਟਰ ਕਰਦਾ ਵੀ ਜੇ ਮੈਂ ਸੈਲੀਬ੍ਰਿਟੀ ਹਾਂ ਠੀਕ ਆ ਤਾਂ ਮੈਂ ਸਭ ਇਹ ਹੀ ਖਾਣਾ ਮੈਂ ਸਿੰਪਲ ਬ੍ਰੈਡ ਨਹੀਂ ਖਾਣੀ ਉਹ ਚੀਜ਼ ਸਾਰੀ ਉਮਰ ਸਿੰਪਲ ਬ੍ਰੈਡ ਹੀ ਹੁਣ ਸਾਰਾ ਕੁਛ ਉਹ ਹੈ ਇਹਦੇ 'ਚ ਤਾਂ ਹੀ ਅੱਜ ਵੀ ਖੇਤਾਂ ਦੇ ਵਿੱਚ ਕੰਮ ਕਰਦਾ ਸਭ ਕੁਛ ਸੇਮ ਉਦਾਂ ਹੀ ਆ ਬਾਈ ਇਹ ਬੰਦੇ ਦੀ ਸਲੂਟ ਆ ਬੰਦੇ ਨੂੰ ਵਾਕਈ ਚੰਡੀਗੜ੍ਹ ਨਹੀਂ ਗਿਆ ਕਿਤੇ ਹੋਰ ਨਹੀਂ ਗਿਆ ਆਪਣੇ ਪਿੰਡ ਦੇ ਵਿੱਚ ਕਿਤੇ ਵੀ ਜਾ ਸਕਦਾ ਹੀ ਹਾਂ ਕਿਤੇ ਜਾ ਸਕਦਾ ਯਾਰ ਬੰਦਾ ਆਪਣੇ ਪਿੰਡ ਦੇ ਵਿੱਚ ਹੀ ਆਪਣਾ ਘਰ ਪਾਇਆ ਸਭ ਕੁਝ ਉੱਥੇ ਹੀ ਰਹਿ ਰਿਹਾ ਉੱਥੇ ਹੀ ਕੰਮ ਕਰ ਰਿਹਾ ਸਿੰਪਲ ਕੱਪੜੇ ਪਾਏ ਹੁੰਦੇ ਲੋਅਰ ਹੁੰਦੀ ਟੀ ਸ਼ਰਟ ਹੁੰਦੀ ਬੰਦੇ ਜਾ ਕੇ ਮਿਲਦੇ ਸਭ ਕੁਝ ਚਲੋ ਅਸੀਂ ਘੱਟ ਬੋਲਦੇ ਤੁਹਾਨੂੰ ਬੋਰ ਨਾ ਕਰਦੇ ਹੋਈਏ ਵੱਧਦੇ ਹਾਂ ਵੀਡੀਓ ਵੱਲ ਦੇਖਦੇ ਚੈੱਕ ਕਰਿਓ ਸੀਨ ਜ਼ਰੂਰ ਕੋਈ ਵਾਲਟ ਨਹੀਂ ਕੋਈ ਕੁਛ ਨਹੀਂ ਪਾਕਿਸਤਾਨ ਤੋਂ ਲਾਈਨ ਸੁਣਿਓ ਕਾਲੇ ਦਿਮਾਗ
ਉਹੀ ਲੋਗੋ ਚੱਲਦੇ ਪਏ ਆ ਕਾਲੀ ਪ੍ਰਣਾਲੀ ਇੱਕ ਤੇਰਾ ਪਿਆਰ ਅੱਜ ਵੀ ਸੁਣ ਲਿਓ ਤੁਸੀਂ ਇੱਕ ਤੇਰਾ ਪਿਆਰ ਰੈਪ ਤੁਹਾਨੂੰ ਅੱਜ ਵੀ ਨਵਾਂ ਲੱਗੂਗਾ ਕੋਈ ਉਹਨਾਂ ਦਾ ਰਿਕਾਰਡ ਬ੍ਰੇਕ ਨਹੀਂ ਹੋਇਆ ਬੰਦੇ ਲੋਕ ਸੇਮ ਆ ਬੋਹੀਮੀਅਨ ਸੀਰੀਅਸ ਯਾਰ ਕਿਆ ਬੰਦੇ ਦੀ ਸੋਚ ਹੀ ਐਡੀ ਖਤਰਨਾਕ ਹੈ ਨਾ ਇੰਨੀ ਵਧੀਆ ਸੋਚ ਹੈ ਤੇ ਇੰਨਾ ਡਾਊਨ ਟੂ ਅਰਥ ਪਰਸਨ ਆ ਬਹੁਤ ਘੈਂਟ ਬੰਦਾ ਮੂਸੇ ਵਾਲਾ ਚਾਹੁੰਦਾ ਹੈ ਲੈਣ ਥੋੜੀ ਸੀ ਗੱਲ ਜਿਹੜਾ ਉਹ ਚੱਲਦਾ ਸਾਨ ਨਹੀਂ ਗੱਲ ਕੀਤਾ ਨੀ ਹੁਕਮ ਉੱਠ ਵੀ ਕਿਹਾ ਸਾਨ ਵੀ ਕਹੀ West Coast to East Coast to Middle East JV gaddi di sala reaction kita jo ja ke check kare hukm karna to saan wali line hai ye clear kita jo cheez laga bade logan nu pata laga ho mashhoor meri GMC di kali dinali tin char yaar jehde sada mere naal baki sadiyan to sade mein to industry sari par assi tak de raah ni kise di sanu shuru to barbaad ni kise di ohi same yaar sade ohi same beef sade more ho chal di hawa ni kise di ਖੇੜੇ ਗੇਮ ਜਿਹੜੀ ਇੰਡਸਟਰੀ ਨੂੰ ਕਰੋ ਬਲੇਮ ਭਾਵੇਂ ਟਾਈਮ ਹੋਇਆ ਚੇਂਜ ਮੈਂ ਅਜੇ ਵੀ ਸੇਮ ਖੇੜੇ ਗੇਮ ਜਿਹੜੀ ਇੰਡਸਟਰੀ ਨੂੰ ਕਰੋ ਬਲੇਮ ਭਾਵੇਂ ਟਾਈਮ ਹੋਇਆ ਚੇਂਜ ਮੈਂ ਅਜੇ ਵੀ ਸੇਮ ਅੱਜ ਵੀ ਸੇਮ ਯਾਰ ਸੇਮ ਥਿੰਕਿੰਗ ਸੇਮ ਥੌਟ ਪ੍ਰੋਸੈਸ ਸਾਰਾ ਕੁਝ ਸੇਮ ਆ ਬੋਹੀਮੀਆ ਦੇ ਯਾਰ ਸਲੂਟ ਟੂ ਬੋਹੀਮੀਆ ਭਾਜੀ ਕਿਸੇ ਲਈ ਮੈਂ ਅੱਜ ਤੱਕ ਨਹੀਂ ਸੁਣਿਆ ਕਿ ਬੋਹੀਮੀਆ ਨੇ ਬੈਡ ਮਾਊਥਿੰਗ ਕੀਤੀ ਹੋਵੇ ਕਿਸੇ ਪਰਸਨ ਬਾਰੇ ਜਿੰਨੇ ਰੈਪਰ ਆਏ ਹਰ ਇੱਕ ਬੰਦੇ ਰਿਸਪੈਕਟ ਕਰਦਾ ਕਰ ਨਾਮ ਤਾਂ ਆਲ ਵਰਲਡ ਜਾਣਦਾ ਪਰ ਸ਼ਾਟ ਆਊਟ ਟੂ ਦ ਰੀਅਲ ਵਨਸ ਬਟ ਸ਼ਾਟ ਆਊਟ ਟੂ ਦ ਰੀਅਲ ਵਨ PVX1 ਫੋਰਐਵਰ ਆਉ ਦਿਲ ਦਾ ਨਹੀਂ ਮਾਣਾ PVX1 ਫੋਰਐਵਰ ਮੇਰਾ ਸਿੱਧੂ ਮੂਸੇ ਵਾਲਾ ਬੋਹੀਮੀਆ ਦਾ ਦੇਖ ਲਾ ਗੀਤਾ ਬੈਂਸ ਆ ਜਿਹੜਾ ਨਾ ਬਾਈ ਕਿੰਨੇ ਚਿਰ ਤੋਂ ਹੈ ਨਾ ਇਕੱਠੇ ਨੇ ਇਹ ਵੀ ਨਹੀਂ ਗੀਤਾ ਬੈਂਸ ਬਹੁਤ ਵੱਡਾ ਸਟਾਰ ਸੀ ਬਹੁਤ ਜਾਣਾ ਨਹੀਂ ਨਾਮ ਵੀ ਨਹੀਂ ਸੁਣਿਆ ਹੁਣ ਬਿਲਕੁਲ ਸਹੀ ਗੱਲ ਕਹਿ ਰਿਹਾ ਨਾਮ ਵੀ ਨਹੀਂ ਸੁਣਿਆ ਹੋਣਾ ਪਰ ਜਦ ਤੁਸੀਂ ਜਾ ਕੇ ਦੇਖੋ ਗੀਤਾ ਬੈਂਸ ਸਰਚ ਕਰਿਓ ਨਾ ਪਹਿਲਾਂ ਗਾਣੇ ਸੁਣਿਓ ਅਤੇ ਉਹ ਟਾਈਮ ਦੇ ਬੋਹੀਮੀਆ ਦੇ ਗਾਣੇ ਸੁਣਿਓ ਨਾਮ ਬੰਦਾ ਯਾਰ ਕਿੱਥੇ ਨਾਲ ਕਿੱਥੇ ਲੈ ਕੇ ਜਾ ਪਸੰਦ ਆਇਆ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਟੇ ਟਿਊਨਡ